ਜੀਐਸਟੀ ਵਿਭਾਗ ਦੇ ਮੋਬਾਈਲ ਵਿੰਗ ਨੇ ਇੱਕ ਕਾਰ ਦੇ ਵਿੱਚੋਂ 5 ਕਿਲੋ ਸੋਨਾ ਬਰਾਮਦ ਕੀਤਾ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 3,82,00,000 ਰੁਪਏ ਹੈ। ਇਹ ਬਰਾਮਦਗੀ ਸ਼ਾਹਕੋਟ ਨੇੜੇ ਕੀਤੀ ਗਈ, ਜਿਸ ਦੀ ਚੋਣ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਗਈ ਹੈ। ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਸੋਨਾ ਲੁਧਿਆਣਾ ਦੇ ਇੱਕ ਵੱਡੇ ਜੌਹਰੀ ਕੋਲੋਂ ਬਰਾਮਦ ਕੀਤਾ ਗਿਆ। ਜਲੰਧਰ ਮੋਬਾਈਲ ਵਿੰਗ ਦੇ ETO ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ 5 ਕਿਲੋ ਸੋਨਾ ਕਾਰ ਦੇ ਵਿੱਚ ਲਿਆ ਰਿਹਾ। ਟੀਮ ਨੇ ਦੇਰ ਰਾਤ ਨਾਕੇਬੰਦੀ ਕਰਕੇ ਇੱਕ ਵੈਗਨਾਰ ਕਾਰ ਨੂੰ ਰੋਕਿਆ, ਜਿਸ ਦੇ ਵਿੱਚ 2 ਵਿਅਕਤੀ ਬੈਠੇ ਹੋਏ ਸੀ। ਕਾਰ ਦੀ ਤਲਾਸ਼ੀ ਲੈਣ ਅੰਦਰੋਂ ਕਰੀਬ 5 ਕਿਲੋ ਸੋਨਾ ਬਰਾਮਦ ਹੋਇਆ। ਜਿਊਲਰਸ ਦੇ ਨਾਮ 'ਤੇ ਸ਼ੋਅਰੂਮ ਚੱਲ ਰਹੇ ਵਿਅਕਤੀ ਕੋਲੋਂ ਬਰਾਮਦ ਕੀਤਾ ਗਿਆ, ਜਿਸ ਦੀ ਪਛਾਣ ਯੋਗੇਸ਼ ਗਰਗ ਵਾਸੀ ਲੁਧਿਆਣਾ ਵਜੋਂ ਹੋਈ ਹੈ। ਇਹ 16/4 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸ਼ਾਮ ਨੂੰ ਵੀ ਲੁਧਿਆਣੇ ਤੋਂ ਕੋਈ ਬੰਦਾ ਜਿਹੜਾ ਵਿਦਆਊਟ ਬਿੱਲ ਜਾਂ ਵਿਦਆਊਟ ਪ੍ਰੋਪਰ ਡਾਕੂਮੈਂਟਸ ਤੋਂ ਸ਼ਾਹਕੋਟ ਸੋਨਾ ਵੇਚਣ ਦੇ ਸੋਨੇ ਦੇ ਗਹਿਣੇ ਵੇਚਣ ਲਈ ਆ ਰਿਹਾ। ਅਸੀਂ ਉਹਦੇ ਲਈ ਫਿਰ ਸੁਖਜੀਤ ਸਿੰਘ ਗਿੱਲ ਆਪਣੇ ETO ਹੈਗੇ, ਇਹਨਾਂ ਨੂੰ ਅਸੀਂ ਭੇਜਿਆ ਉੱਥੇ। ਇਹਨਾਂ ਨੇ ਇੱਕ ਕਾਰ ਨੂੰ ਡਿਟੇਨ ਕੀਤਾ ਜਿਹਦੇ ਵਿੱਚ 2 ਬੰਦੇ ਸਵਾਰ ਸੀਗੇ। ਇੱਕ ਬੰਦੇ ਦੇ ਕੋਲੋਂ ਬੈਗ ਮਿਲਿਆ, ਉਸ ਬੈਗ ਦੇ ਵਿੱਚ 5.5 ਕਿਲੋ ਸੋਨੇ ਦੇ ਗਹਿਣੇ ਸੀਗੇ ਅਤੇ ਨਾਲ ਹੀ ਉਹਦੀ ਕੀਮਤ 3,82,00,000 ਸੀਗੀ। ਅਤੇ ਉਹਨਾਂ ਨੇ ਪਰ ਉਹਦੇ ਕੋਲ ਕੋਈ ਵੀ ਐਸੇ ਡਾਕੂਮੈਂਟਸ ਨਹੀਂ ਸੀਗੇ, ਜੇ ਪ੍ਰੋਪਰ ਡਾਕੂਮੈਂਟਸ ਨਾ ਹੋਣ ਕਾਰਨ, ਉਹਦੀ GST ਐਕਟ ਦੀ ਵਾਇਲੇਸ਼ਨ ਕਾਰਨ ਅਸੀਂ ਉਸਨੂੰ ਡਿਟੇਨ ਕੀਤਾ ਅਤੇ ਉਸਨੂੰ ਸੀਪੂ ਜਲੰਧਰ ਦੇ ਦਫ਼ਤਰ ਲੈ ਕੇ ਆਏ ਸੀ। ਕਿਵੇਂ ਪਤਾ ਲੱਗਿਆ ਕਿ ਉਹ ਵਿਅਕਤੀ ਗੋਲਡ ਲੈ ਕੇ ਆਇਆ ਜੀ? ਇਹ ਇੱਕ ਇਨਫੋਰਮਰ ਸੀਗਾ ਜੀ ਸਾਡਾ, ਉਸਨੇ ਸਾਨੂੰ ਇਨਫੋਰਮ ਕੀਤਾ ਸੀਗਾ ਕਿ ਇਹ ਵਿਦਆਊਟ ਡਾਕੂਮੈਂਟ ਦੀ ਟੈਕਸ ਚੋਰੀ ਕਰਦਾ ਬੰਦਾ ਅਤੇ ਪ੍ਰੋਪਰ ਡਾਕੂਮੈਂਟਸ ਤੋਂ ਬਗੈਰ ਸੇਲ ਕਰਨ ਦੇ ਲਈ ਦੁਕਾਨਾਂ 'ਤੇ ਜਾਂਦਾ ਹੈ ਸੋਨਾ। ਅਤੇ ਕਿਉਂਕਿ ਚੁਣਾਵੀ ਦੌਰ ਚੱਲ ਰਿਹਾ ਹੈਗਾ ਆ, ਇਸ ਦੌਰਾਨ ਲੱਗ ਰਿਹਾ ਸੀ ਕਿ ਜਿਹੜਾ ਗੋਲਡ ਹੈਗਾ ਆ ਉਹ ਯੂਜ਼ ਹੋ ਸਕਦਾ ਸੀ ਚੋਣਾਂ ਨੂੰ? ਜਦੋਂ ਇਨਫੋਰਮਰ, ਕਿਉਂਕਿ ਚੁਣਾਵਾਂ ਮੋਡਲ ਕੋਡ ਆਫ ਕੰਡਕਟ ਚੱਲ ਰਿਹਾ, ਉਸੀ ਦੇ ਤਹਿਤ ਹੀ ਚੈਕਿੰਗ ਅਸੀਂ ਵਧਾਈ ਹੋਈ ਸੀਗੀ ਅਤੇ ਉਸੀ ਦੇ ਤਹਿਤ ਹੀ ਇੱਕ ਚੈਕਿੰਗ ਦੇ ਦੌਰਾਨ ਸਾਨੂੰ ਗੋਲਡ ਮਿਲਿਆ ਸੀਗਾ। ਉਸ ਟਾਈਮ ਲੱਗਦਾ ਸੀ ਕਿ ਵੀ ਸ਼ਾਇਦ ਇਹ ਚੁਣਾਵ ਦੇ ਵਿੱਚ ਹੋ ਸਕਦਾ, ਪਰ ਕਿਉਂਕਿ ਗਹਿਣੇ ਹੈ, ਦੂਸਰੀ ਤਰਫ ਜਿਹੜਾ ਇਸਦੇ ਓਨਰ ਹੈ, ਜਿਹੜਾ ਮਾਲਕ ਹੈ, ਉਹ ਆ ਚੁੱਕਾ ਹੈ। ਉਹਨਾਂ ਨੇ ਆਪਣਾ ਗੋਲਡ ਅਤੇ ਨਾਲ ਉਹ ਜਵੈਲਰ ਹੈ ਬੰਦਾ, ਅਤੇ ਇਸ ਲਈ ਉਸਨੇ ਦੱਸਿਆ ਕਿ ਉਹ ਜਵੈਲ ਸਿਰਫ ਸੇਲ ਕਰਨ ਦੇ ਹੀ ਲੈ ਕੇ ਆਇਆ ਸੀਗਾ। ਅਤੇ ਇੱਕ ਨੋਰਮਲ ਬਿਜ਼ਨਸ ਦੀ ਪ੍ਰੋਸੈਸ ਹੀ ਲੱਗਦੀ ਹੈ, ਇਹਦੇ ਵਿੱਚ ਚੁਣਾਵ ਦੇ ਵਿੱਚ ਯੂਜ਼ ਹੋਣ ਵਾਲੀ ਗੱਲ ਨਹੀਂ ਲੱਗ ਰਹੀ। ਕਿੰਨੇ ਦਾ ਗੋਲਡ ਸੀਗਾ? ਗੋਲਡ 3,82,00,000 ਦਾ ਗੋਲਡ ਹੈ, 5.5 ਕਿਲੋ ਦਾ। ਕੋਈ ਜੁਰਮਾਨਾ ਵਗੈਰਾ ਵੀ ਲਗਾਇਆ ਜਾਏ? ਹਾਂਜੀ, ਜੁਰਮਾਨਾ ਲੱਗੇਗਾ ਜੀ, ਸਾਡੀ ਪ੍ਰੋਸੀਡਿੰਗ ਚੱਲ ਰਹੀ ਹੈ, ਅਸੀਂ ਉਸਨੂੰ ਨੋਟਿਸ ਇਸ਼ੂ ਕਰ ਦਿੱਤਾ ਅਤੇ ਉਸਨੂੰ 24 ਤਰੀਕ ਦਾ ਟਾਈਮ ਦਿੱਤਾ ਆਪਣਾ ਜੁਰਮਾਨਾ ਭਰਵਾਉਣ ਦੇ ਲਈ। ਜੋ ਲੋਕ GST ਦੀ ਚੋਰੀ ਇਸ ਤਰ੍ਹਾਂ ਕਰਦੇ ਆ, ਉਹਨਾਂ ਨੂੰ ਕੀ ਹਦਾਇਤ ਦੇਣਾ ਚਾਹੁੰਦੇ? GST ਦੀ ਚੋਰੀ, ਅਸੀਂ ਸਰਕਾਰ ਵੱਲੋਂ ਸਖ਼ਤ ਹਦਾਇਤ ਹੈ ਕਿ ਵੀ GST ਦੀ ਚੋਰੀ ਰੋਕਣ ਦੇ ਲਈ ਸਾਡੀਆਂ ਟੀਮਸ ਬਣਾਈਆਂ ਹੋਈਆਂ। ਇਸ ਤੋਂ ਇਲਾਵਾ ਕੋਈ ਕਿਸੇ ਨੂੰ ਵੀ ਅਸੀਂ ਅਲਾਓ ਨਹੀਂ ਕਰਾਂਗੇ ਵੀ ਇਸ ਤਰੀਕੇ ਦੀ GST ਦੀ ਕੋਈ ਚੋਰੀ ਕਰੇ। ਅਤੇ ਪਰ ਇਸ ਦੇ ਨਾਲ ਹੀ ਜਿਹੜਾ ਇੱਕ ਓਨੈਸਟ ਟੈਕਸ ਪੇਅਰ ਹੈ, ਉਸਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਹਰਾਸਮੈਂਟ ਨਹੀਂ ਹੋਣ ਦੇਵਾਂਗੇ। ਉਹ ਜਿਹੜਾ ਟੈਕਸ ਪ੍ਰੋਪਰ ਭਰ ਰਿਹਾ, ਉਹਦੀ ਪ੍ਰੋਪਰ ਤਰੀਕੇ ਨਾਲ ਉਸਦੀ ਹੈਲਪ ਕੀਤੀ ਜਾਏਗੀ ਅਤੇ ਕੋਪਰੇਟ ਕੀਤਾ ਜਾਏਗਾ। ਪਰ ਜਿਹੜੇ ਟੈਕਸ ਚੋਰ ਹੈ, ਉਹਨਾਂ ਦੇ ਤੋਂ ਟੈਕਸ ਚੋਰੀ ਦੀ ਰਿਕਵਰੀ ਕਰਕੇ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ। ਚੋਣ ਕਮਿਸ਼ਨ ਵੱਲੋਂ ਵੀ ਕੋਈ ਹਦਾਇਤਾਂ ਆਈਆਂ ਕਿ ਜਿਹੜਾ ਜਿਸ ਤਰ੍ਹਾਂ ਕਿ ਹੁਣ ਚੋਣ ਜ਼ਾਬਤਾ ਲੱਗਾ ਹੋਇਆ ਅਤੇ ਇਸ ਦੇ ਵਿੱਚ ਕਿੰਨਾ ਗੋਲਡ ਲਈ ਜਾ ਸਕਦੇ, ਇਸ ਤਰ੍ਹਾਂ ਦੀਆਂ ਕੋਈ ਹਦਾਇਤਾਂ ਹੈ? ਇਲੈਕਸ਼ਨ ਕਮਿਸ਼ਨ ਵੱਲੋਂ 50,000 ਰੁਪਏ ਤੋਂ ਉੱਪਰ ਕੈਸ਼ ਤੁਹਾਨੂੰ ਨਹੀਂ ਲੈ ਕੇ ਜਾਇਆ ਜਾ ਸਕਦਾ। ਇਸ ਤੋਂ ਇਲਾਵਾ ਜੇ ਤੁਸੀਂ 1 ਕਰੋੜ ਰੁਪਏ ਤੋਂ ਉੱਪਰ ਦੀ ਰਿਕਵਰੀ ਹੁੰਦੀ ਹੈ
ਜਿਵੇਂ ਹੁਣ ਅਸੀਂ ਪ੍ਰੈਸ਼ੀਅਸ ਮੈਟਲ ਜਿਹੜਾ ਪਕੜਿਆ ਤਾਂ ਅਸੀਂ ਉਹਦੀ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਉਹਨਾਂ ਦੀ ਵੈਬਸਾਈਟ 'ਤੇ ਅਪਲੋਡ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਿਉਂਕਿ ਇੱਕ ਇਸ ਕੇਸ ਦੇ ਵਿੱਚ ਵੈਲਿਊਏਬਲਸ ਇਨਵੋਲਵ ਹੈ, ਇਸ ਲਈ ਅਸੀਂ ਇਨਕਮ ਟੈਕਸ ਨੂੰ ਵੀ ਇਸ ਦੀ ਇਨਫੋਰਮੇਸ਼ਨ ਦੇ ਦਿੱਤੀ ਹੈ। ਅਗਰ 1 ਕਰੋੜ ਤੋਂ ਅਗਰ ਨੀਚੇ ਦਾ ਹੋਵੇ ਸਮਾਨ ਤਾਂ ਫਿਰ ਉਸਨੂੰ ਲਿਜਾਇਆ ਜਾ ਸਕਦਾ? ਨਹੀਂ ਨਹੀਂ ਲਿਜਾਇਆ ਨਹੀਂ ਜਾ ਸਕਦਾ, ਪਰ ਉਹਦੀ ਉਹਦਾ ਪ੍ਰੋਸੀਜਰ ਸ਼ਾਇਦ ਕੁਛ ਹੋਰ ਹੈ, ਕਿਉਂਕਿ ਇਹਦੀ ਅਮਾਊਂਟ ਜ਼ਿਆਦਾ ਸੀ, ਇਸ ਲਈ ਅਸੀਂ ਇਸਨੂੰ ਫਿਰ ਇਨਕਮ ਟੈਕਸ ਨੂੰ ਵੀ ਅਸੀਂ ਨਾਲ ਇਨਵੋਲਵ ਕਰਕੇ ਉਹਨਾਂ ਦੀ ਪ੍ਰੋਸੀਡਿੰਗਸ ਆਨ ਕਰਵਾ ਦਿੱਤੀ, ਉਹਨਾਂ ਦੀ ਨੋਟਿਸ ਇਸ਼ੂ ਹੋ ਗਈ।